कमाल की गल हूं तो मेरे ना गल हुई फोन से सुख शांति पूछी बौला हो गया यार ल दस हूं तो उन्होंने मैं फोन करके पूछा प्रदीप किवें आ दिवाली से पूछा दस सवेरे गल हुई है दस तू ही बोलिया गल यार दस मरना का तू दस मरना चंगा चुप कर पहला चुप कर फिर तो ही गल करा आप छड़ दे चरण चल जाए बोलिया चुप कर तू गल घोटता थी भी मम्मी डैडी नहीं आते लै दस की गल हूं तो मेरे ना गल हो संजय जी प्रदीप चुपता कर फिर आप गल तो करिए चुपता कर अन्य आ चलो चुप कर जिन्हें चुप नहीं करता गले नहीं होने का की फायदा मेरे यार चुप कर धन गुरु रामदास बाबा जी ठीक कर दो बस फिर महाराज ते विश्वास रख गल का तू घुट रहा थी अपना शरीर से कुछ शरीर से कुछ भूत बेटा सिंधा को कदे भूत नहीं लगते तू बाणी तो पढ़ता नहीं मैं तेन की कहती वाहेगुरु कहा थी ना तू करता हूं नहीं करता यार तू शांत हो छड़ दे ढिला पाया सारा सी ढिला छड़ दे जमें ढिला छड़ दे ढिला कपड़ा लिया मुँह साफ करके हमें डॉक्टर वाले चलने आप हमने चलने आप दो मिनट चलने डॉक्टर ना गल हुई है डॉक्टर साहब ने दवाई दसती संगत जी इन बस वैसे ही घबर गए मेरे घर दे नहीं मिलने आते जी घर दे इन्ने को प्यार करते ने ना माँ बाप इस वीर दे फादर साहब बहुत प्यार करते ने क्या बात पर गुरु साहब ने मेहर कर ठीक कर देने आप डॉक्टर साहब ना गल कर ली फोन से गोली दे दो तेन गोली देन लगे बैठ तो सी मेरा पुत्र पहले आप गोली दे दी दोबारे फिर गल कर दे बैठ रहा कुर्सी से बैठ रहा गोली ले पहले डॉक्टर सत श्रीकाल जी डॉक्टर साहब अपने को एक मुंडा प्रदीप जी हमने दवाई चली है जी बिल्कुल दस्तार जी सारा शरीर तो घूमी जाता क्या मरण जी करता गल घुटी हाँ थोड़ा असं हमने पर्ची भेज रहे जी एक छोटी जी फोटो वीडियो भेज दें जी ठीक है ठीक है जल्दी पर्ची कड़ो दिल छोटा संगत जी दिल छोटा कुछ नहीं है ना दिल छोटा जी
ਔਰ ਮਾਂ ਬਾਪ ਇੰਨਾ ਪਿਆਰ ਕਰਦੇ ਨੇ ਨਾ ਤੁਸੀਂ ਸੋਚ ਵੀ ਨਹੀਂ ਸਕਦੇ ਬਸ ਇਹ ਦੂਜੇ ਪਰਿਵਾਰ ਦੇਖ ਕੇ ਨਾ ਦੂਜੇ ਬੰਦਿਆਂ ਨੂੰ ਦੇਖ ਕੇ ਨਾ ਹੁਣ ਲੱਗ ਰਹੇ ਚੱਲ ਬਸ ਹੁਣ ਯਾਰ ਪੁੱਤ ਚੁੱਪ ਕਰ ਜੇ ਹੁਣ ਰੋਈ ਨਾ ਜੇ ਮੈਨੂੰ ਪਿਆਰ ਕਰਦਾ ਜੇ ਮੈਨੂੰ ਪਿਆਰ ਨਹੀਂ ਕਰਦਾ ਫਿਰ ਜਿੰਨਾ ਮਰਜ਼ੀ ਰੋਈ ਚੱਲ ਲੈ ਹੁਣ ਦੇਖ ਲਾਂਗੇ ਵੀ ਪ੍ਰਦੀਪ ਪਿਆਰ ਕਰਦਾ ਕਿ ਨਹੀਂ ਕਰਦਾ ਵਾਹਿਗੁਰੂ ਵਾਹਿਗੁਰੂ ਕਹੀ ਚੱਲ ਆਰਾਮ ਨਾਲ ਹੱਥ ਜੋੜ ਲੈ ਵੀਰੇ ਦਾ ਮੂੰਹ ਵੀ ਸੁੱਕਦਾ ਜੀ ਪਾਣੀ ਪਿਲਾ ਥੋੜ੍ਹਾ ਜਿਹਾ ਪਾਣੀ ਥੋੜ੍ਹਾ ਹੀ ਪਿਲਾਉਣਾ ਅੱਧੀ ਘੁੱਟ ਬੋਲੋ ਘਰੋਂ ਵੀਰ ਮਾਂ ਬਾਪਾਂ ਨੂੰ ਕੁੱਟਣਾ ਮਾਰਨਾ ਭੰਨ ਤੋੜ ਮੈਂ ਕਹਿੰਦਾ ਜੀ ਕਈ ਲੱਖ ਰੁਪਇਆ ਇਹਨਾਂ ਦੇ ਪਿਤਾ ਜੀ ਨੇ ਲਾਤਾ ਹੋਵੇ ਇਹਦੇ ਉੱਪਰ ਇਹਨਾਂ ਦੇ ਪਿਤਾ ਜੀ ਜੋਰਡਨ ਦੇ ਵਿੱਚ ਜੋਬ ਕਰਦੇ ਸੀ ਕਈ ਲੱਖ ਰੁਪਇਆ ਕੋਲ ਵੀ ਸੀ ਕੰਮ ਕਾਰ ਸੈੱਟ ਸੀ ਪਰ ਅੱਜ ਦੇ ਹਾਲਾਤ ਇੰਨੇ ਤਰਸਯੋਗ ਹੋ ਗਏ ਵੀ ਇਹ ਬੱਚੇ ਨੇ ਦੇ ਉੱਪਰ ਸਾਰਾ ਪਰਿਵਾਰ ਲਾਤਾ ਜੀ ਲੱਖਾਂ ਰੁਪਇਆ ਲਾਤਾ ਪਰ ਇਹ ਵੀਰ ਠੀਕ ਨਹੀਂ ਹੋਇਆ ਜੀ ਅੱਜ ਇਸ ਟਾਈਮ ਇਹ ਘਰੇ ਹੁੰਦਾ ਸੰਗਤ ਜੀ ਤਾਂ ਇਹ ਹੁਣ ਇਹ ਭੰਨ ਤੋੜ ਕਰਨੀ ਸੀ ਇਸ ਵੀਰ ਨੇ ਮਾਰਨਾ ਸੀ ਆਪਣੇ ਪਿਤਾ ਜੀ ਨੂੰ ਜੇ ਇਸ ਟਾਈਮ ਘਰੇ ਹੁੰਦਾ ਤਾਂ ਇਹਨੇ ਕੁੱਟਮਾਰ ਕਰਨੀ ਸੀ ਇਹ ਆਪਣਾ ਇੱਦਾਂ ਗਰਦਨ ਦੱਬ ਰਿਹਾ ਸੀ ਇਹ ਵੀਰ ਅੱਛਾ ਔਰ ਡਾਕਟਰ ਸਾਹਿਬ ਨਾਲ ਸਾਡੀ ਪਹਿਲਾਂ ਵੀ ਗੱਲ ਹੋਈ ਸੀ ਦੁਬਾਰਾ ਗੱਲ ਹੋਈ ਆ ਉਹ ਕਹਿੰਦੇ ਸਲਿੱਪ ਭੇਜੋਗੇ ਅਸੀਂ ਦੇਖ ਕੇ ਦੁਬਾਰਾ ਦਵਾਈ ਦੱਸਦੇ ਹਾਂ ਵੈਸੇ ਇਹ ਕੀ ਹੁੰਦਾ ਜੀ ਇਹ ਨਾ ਇਹ ਜੇ ਲਾ ਲਓ ਦਿਲ ਛੋਟਾ ਜੀ ਛੋਟੀ ਜਿਹੀ ਗੱਲ ਸੋਚ ਲਈ ਸਾਡੇ ਕੋਲ ਸੰਗਤ ਆ ਰਹੀ ਆ ਵੀ ਮੇਰੀ ਫੈਮਿਲੀ ਮਿਲਣ ਨਹੀਂ ਆਉਂਦੀ ਕਹਿੰਦਾ ਮੇਰੇ ਮਾਂ ਬਾਪ ਮੈਨੂੰ ਮਿਲਣ ਨਹੀਂ ਆਉਂਦੇ ਬਲਕਿ ਮਾਂ ਬਾਪ ਤਾਂ ਹਰ ਰੋਜ਼ ਦੇਖਦੇ ਨੇ ਹਰ ਰੋਜ਼ ਗੱਲ ਹੁੰਦੀ ਆ ਹੈਨਾ ਇੰਨਾ ਪਿਆਰ ਕਰਦੇ ਨੇ ਜਿੰਨਾ ਇਹਨੂੰ ਪਿਆਰ ਕਰਦੇ ਨੇ ਮੈਨੂੰ ਲੱਗਦਾ ਬਹੁਤ ਘੱਟ ਲੋਕ ਹੋਣਗੇ ਬਸ ਇਹਦਾ ਮਤਲਬ ਪਿਆਰ ਹੀ ਨਹੀਂ ਕਰਦਾ ਇਹ ਬੰਦਾ ਯਾਰ ਨਹੀਂ ਕਰਦਾ ਪਿਆਰ ਨਾ ਤਾਂ ਇਹ ਆਪਣੇ ਮਾਂ ਬਾਪਾਂ ਨੂੰ ਪਿਆਰ ਕਰਦਾ ਨਾ ਮੈਨੂੰ ਕਰਦਾ ਫਿਰ ਤੂੰ ਫਿਰ ਚੁੱਪ ਕਰ ਜਾ ਪੁੱਤ ਕਰਦਾ ਪਿਆਰ ਕਿੰਨਾ ਪਿਆਰ ਕਰਦਾ ਚੱਲ ਦੱਸ ਕਿੰਨਾ ਕਰ ਫਿਰ ਗੱਲ ਤਾਂ ਮੰਨਦਾ ਨਹੀਂ ਪੁੱਤਰੀ ਮੇਰੀ ਕਿੰਨਾ ਪਿਆਰ ਕਰਦਾ ਫਿਰ ਅਸੀਂ ਵੀ ਤੈਨੂੰ ਬਹੁਤ ਜ਼ਿਆਦਾ ਹੀ ਕਰਦੇ ਹਾਂ ਹੈਂ ਔਰ ਹੁਣ ਸਰੀਰ ਸ਼ਾਂਤ ਹੋਇਆ ਜੀ ਹੁਣ ਸਰੀਰ ਜਿਹੜੀ ਕੰਬਸ ਸੀ ਸਰੀਰ ਦੇ ਵਿੱਚ ਇਹ 5-7 ਮਿੰਟ ਦਾ ਪ੍ਰੋਸੈਸ ਹੁੰਦਾ ਜੀ ਇਹਨਾਂ ਸੰਗਤ ਜੀ ਕਾਫੀ ਵੀਰ ਨੇ ਜਿਵੇਂ ਸਾਡੇ ਕੋਲ ਰਾਜੂ ਆ ਉਹਨੂੰ ਵੀ ਇਹ ਚੀਜ਼ ਹੁੰਦੀ ਆ ਜੀ ਜਿਵੇਂ ਸਾਡੇ ਕੋਲ ਸ਼ੇਰਾ ਵੀਰ ਸ਼ੇਰੇ ਨੂੰ ਵੀ ਇੱਕ ਦੋ ਵਾਰੀ ਇਹ ਚੀਜ਼ਾਂ ਹੋਈਆਂ ਨੇ ਜੀ ਵੀ ਗੁੱਸੇ ਦੇ ਵਿੱਚ ਸਰੀਰ ਇੱਦਾਂ ਕੰਬ ਕੇ ਨਾ ਜੀ ਦੂਜੇ ਬੰਦੇ ਨੂੰ ਹੋਰ 2-3 ਵੀਰ ਇੱਦਾਂ ਦੇ ਹੈਗੇ ਜਿਹਨਾਂ ਨੂੰ ਇਹ ਚੀਜ਼ 5 ਮਿੰਟ 'ਚ ਹੁੰਦੀ ਆ ਹੁਣ ਇਹਦਾ ਸਰੀਰ ਉੱਦਾਂ ਹੋ ਗਿਆ ਜਿਵੇਂ ਨੋਰਮਲ ਹੁੰਦਾ ਜੀ ਇਹ 5-1 ਮਿੰਟ ਦੇ ਜਿਹੜਾ ਪ੍ਰੋਸੈਸ ਹੁੰਦਾ ਇਸ ਦੇ ਦੌਰਾਨ ਜੇਕਰ ਅੱਜ ਇਹ ਮਾਂ ਬਾਪਾਂ ਕੋਲ ਹੁੰਦਾ ਜਿਹਨੇ ਭੰਨ ਤੋੜ ਜਾਂ ਮਾਂ ਬਾਪਾਂ ਨੂੰ ਮਾਰਨਾ ਸੀ ਬਸ ਇਹ 5-1 ਮਿੰਟ ਦੀ ਗੱਲ ਆ ਜੀ ਅਤੇ ਆਪਾਂ ਵਾਹਿਗੁਰੂ ਕਰਦੇ ਇਹਨੂੰ ਸ਼ਾਂਤ ਕਰ ਲਿਆ ਅੱਗੇ ਹੁਣ ਦਵਾਈ ਡਾਕਟਰ ਸਾਹਿਬ ਨਾਲ ਗੱਲ ਹੋਣੀ ਆ ਕਿਉਂਕਿ ਉਸ ਵਕਤ ਤਾਂ ਦਵਾਈ ਵੀ ਨਹੀਂ ਦੇ ਸਕਦੇ ਜਦੋਂ ਇਹ ਪ੍ਰੋਬਲਮ ਹੋਈ ਹੁੰਦੀ ਆ ਕੁਝ ਪ੍ਰੋਸੈਸ ਹੁੰਦਾ ਡਾਕਟਰਾਂ ਦਾ ਵੀ ਪਾਣੀ ਵੀ ਨਹੀਂ ਦੇ ਸਕਦੇ ਡਾਕਟਰ ਕਹਿੰਦੇ ਨੇ ਪਾਣੀ ਵੀ ਥੋੜ੍ਹਾ ਪਿਲਾਇਆ ਕਰੋ ਠੀਕ ਹੈ ਪ੍ਰਦੀਪ ਸ਼ਾਂਤ ਆ ਹੁਣ ਲਓ ਸਾਰਾ ਜਿਹੜਾ ਸਰੀਰ ਕੰਮ ਦਾ ਵੀ ਸਾਰਾ ਠੀਕ ਹੋ ਜਾਊ ਠੀਕ ਹੈ ਵੀਰੇ ਬੋਲ ਹੁਣ ਵਾਹਿਗੁਰੂ ਪਹਿਲਾਂ ਬੋਲੋ ਵਾਹਿਗੁਰੂ
बोलो पहला वाहेगुरु 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 उच्ची वाहेगुरु उच्ची बोल मेरा भाई नी वाहेगुरु हूँ लगे मैं पता भी प्रदीप प्यार करता सानू पक्की गल याद है फिर जफ्फी पा के मिली हूँ मैं यकीन हो गया मेरा भरा मैं प्यार कर दिया पहला मैं यकीन नहीं थी जफ्फी है पाया कर दे बस यार नहीं करता नहीं इना प्यार बंदा सुख भाला नहीं करता नहीं प्यार सुख भाला इन्ना प्यार करता जो मैं कहता भी रोना नहीं कहीं जिंदगी कद नहीं रोता सुख भाला रे यार रोंदा तो नहीं मेरे तो इन्ना प्यार करता कद भी नहीं रोंदा कि ज्यादा वधिया जिंदगी हो गई ये भी ठीक हो गया इन भी इदा हूँ मैं मर जावा गल घोट ला बच्चों मारी जाती कुटी जाती माँ बापा कुटी जाती घर फूक तपदा तो जो ये ठीक हो गया तू क्या ठीक होगा फिर तो ब्याह करना समा तो खुशी खुशी यार कहीं तो यह प्लैन बनाई बैठे भी तो ब्याह करना तू यार हो रहा कई जाने पुत संगत जी डॉक्टर साहब ना गल हो गई जी बीपी चेक किया जा रहा जी कमल हो गया बीपी चेक नॉर्मल दिखाया पिछे तो आया कुछ अच्छा बीपी नॉर्मल है जी बिल्कुल संगत जी तो डॉक्टर साहब ना गल हुई है जी कमल बड़ा भरा डॉक्टर साहब ना गल हुई है वह कहते भी कल लेके आओ और मेडिसिन थोड़ी जी चेंज करा भी घबराने वाली कोई गल नहीं हैगी जी उन्होंने हमने असी उन्होंने वीडियो भेजी और इन्हों की सारी फाइल भेजी वो कहते बिल्कुल घबराने वाली गल नहीं दिल छोटा कई बार बच्चा टेंशन अपने भी बच्चे कर जाते हैं ये बहुत दिल छोटा होंगे तो समझारो संगत को देख के इदा हो गया इन जी भी ये सारे के मम्मी डैडी आई जाते हैं मेरे मम्मी डैडी नहीं आए मिलना इदा ही हो गया थी ना प्रदीप हाँ ले फटो भी इदा ही हो गया जी ना प्रदीप और संगत जी ये ना पांच मिनट का प्रोसैस होंगे जी गुरु साहब की कृपा सानू परमात्मा ने इदा के वीर के नाल खड़न जोगे किया जी कमल आज 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 कोई ना चाह ना लिया मुझे और ये जिहड़ा वीर असी चाहते हाँ सारी संगत एक तो गुरबाणी की आवाज़ घट कर दो असी चाहते हाँ सारी संगत भैन भरा इस वीर लिए अरदास बेनती करो असी पिछली वीडियो के भी बहुत भजन पाया सी कमेंट करके दस्यो किहड़े किहड़े भैन भरा ने दिलों अरदास गुरु साहब की हजूरी च खड़ के कीती है इस वीर लिए जेकर तुसी पुन्न दा काम करना सारे भैन भरावां ने तुसी अपने नेड़े मंदिर मस्जिद गुरु घर जिथे भी तुसी जिहड़ी श्रद्धा रख दिओ उत्थे इस वीर दे नाम की एक अरदास बेनती करा दो अपने आप कर दो कि असी सानू यकीन है वीर ठीक हो जाएगा क्योंकि अरदास च इन्नी ताकत आ जी जिहड़ी दवाइया च इन्नी ताकत नहीं होंदी जी कमल तुसी की जानदे ये वीरियो नहीं ने जी कमल एच केयर के नाम के उपर संस्था चलाउंदे ने जी पटियाले दुख नवान साहब गुरु घर के बार पट्टी की सेवा जी चलती है पहला भी तुम भैन भरा जानते हो जी ये वीर उन्हें भी साढ़े को विजिट करते रहते हैं और उत्थे भी संगत का जोड़ा आते जाते सारे भैन भरा दुख नवान साहब के बार जी पट्टी की सेवा उत्थे जरूर खड़ के जाया करो ये भी नाल सेवादार ने वीर तुम्हारा की नाम है जी भुपिंदर भुपिंदर सिंह जी ने जी इन्हों की टीम बड़ी वधिया जिहड़े जख्म वाले मरीज ने उन्होंने पट्टी की जाती है किसी लत्त च कोई प्रॉब्लम हर महीने कैंप लाए जाते हैं हाँ जी हाँ तो कोई ना माड़ा जहा जख्म कर दे फुंसी फंसी है प्रदीप दस पहला ठीक आ हूँ दस हूँ धड़कन भी ठीक हो गई हार्ट बीट बिल्कुल ठीक आ जी वैसे ही ना जी पाँच सत्त जने फैमिली आईया सी जी उन्होंने देख के इन्होंने लगे भी खानी ये परिवार इन्हों का कोई फैमिली मिलने आई है कोई कबीर लैके आए थे मरीज न वो ता करके हो गया जो अभी अंदर इनू मिले कहता भी मैं मरना चाहना गर्दन को घोट के कहता भी मरना तो चाहना भी मेरे मम्मी डैडी मैंने मिलने नहीं आते बल्कि मम्मी डैडी तो ये इन्ना प्यार करते हैं हालांकि इन्हों दिने अपने को पंद्रह होए ने जी कुल दो चार दिन नाल भी रहे उरे फिर असं घर भेजता भी ये वीर उरे ठीक आ तुम अपने घर काम कर सामभो भी जे सू लौट पो असं दसागे हूँ गल खड़ी आ दवाई चल रही आ दसवंध के दसवंध निकलता शरदा के नाल जी पर हूँ तुहाडिया दवावान की लड़ आ सकता जी असी पटियाले अपना फर्ज सेवा सुसायटी पिंड लचकाणी चो ये वीडियो पा रहे तुम्हें छोटा सा परिवार भी दिखाने साडा ये पंजाह मैंबर का परिवार आ दीपक वर्गे वीर गुरमीत वर्गे वीर वाहगुरु आ जाओ इधर आ जाओ इधर आओ आपके घर का है संगत जी यदा भी वीर का सानू हाले तक जोड़ा घर नहीं लभ्या ये भी सानू हथ नहीं हट कर लो
ਇਹ ਵੀ ਸਾਨੂੰ ਪੁਲ ਕੰਜਰੀ ਪਿੰਡ ਆ ਜੀ ਬਾਰਡਰ ਤੇ ਉੱਥੋਂ ਮਿਲਿਆ ਸੀ ਔਰ ਇਹ ਪ੍ਰਕਾਸ਼ਮ ਆ ਜੀ ਇਹਦਾ ਵੀ ਸਾਨੂੰ ਹਾਲੇ ਤੱਕ ਘਰ ਨਹੀਂ ਲੱਭਿਆ ਇਹਦੇ ਵੀ 15 ਸਾਲ ਇੱਕ ਜ਼ਿਮੀਂਦਾਰ ਗੁਰਸਿੱਖ ਬੰਦੇ ਨੇ ਇੱਕ ਬਾੜੇ ਦੇ ਵਿੱਚ ਲੱਤ ਤੇ ਸੰਗਲ ਲਾ ਕੇ ਰੱਖਿਆ ਜੀ ਇਹ ਉਹ ਵੀਰ ਆ ਜੀ ਇਹ ਜ਼ਰੂਰ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਇਹਨਾਂ ਦੇ ਘਰ ਲੱਭ ਸਕਣ ਆਪਾਂ ਨੂੰ ਜੀ ਠੀਕ ਆ ਸੰਗੇ ਜੀ ਔਰ ਇਹ ਵੀਰ ਨੇ ਇਹ ਸਾਨੂੰ ਰਜਿੰਦਰਾ ਹਸਪੀਟਲ ਦੀ ਪਾਰਕਿੰਗ ਦੇ ਵਿੱਚ ਮਿਲੇ ਸੀ ਜੀ ਇਹਨਾਂ ਦੀ ਪੂਰੀ ਲੱਤ ਦੇ ਵਿੱਚ ਕੀੜੇ ਸੀ ਇਹ ਸਾਨੂੰ ਇਹ ਲੱਗਦਾ ਵੀ ਆਪਾਂ 10 ਦਿਨ ਨਾ ਚੱਕਦੇ ਜੀ ਤਾਂ 10 ਦਿਨ ਦੇ ਵਿੱਚ ਕੋਈ ਵੀ ਘਟਨਾ ਵਾਪਰ ਸਕਦੀ ਸੀ ਪਰ ਗੁਰੂ ਸਾਹਿਬ ਦੀ ਇੰਨੀ ਕਿਰਪਾ ਹੋ ਗਈ ਜ਼ਖਮ ਵੀ ਭਰ ਗਿਆ ਆਪਣਾ ਆਪ ਉੱਠ ਕੇ ਹੁਣ ਪ੍ਰਸ਼ਾਦਾ ਪਾਣੀ ਛਕਦੇ ਨੇ ਆਪ ਠੀਕ ਹੋ ਦੱਸੋ ਪਹਿਲਾਂ ਉਸ ਵਕਤ ਦੇ ਹਾਲਾਤ ਕੀ ਸੀ ਜੀ ਦੇਖ ਲਓ ਹਨਾ ਹੁਣ ਸਿਹਤ ਠੀਕ ਆ ਜੀ ਬੋਲ ਕੇ ਦੱਸੋ ਜੀ ਖੁਸ਼ ਹੋ ਕੇ ਦੱਸੋ ਖੁਸ਼ ਹੋ ਕੇ ਠੀਕ ਹੈ ਸੰਗਤ ਜੀ ਬਾਕੀ ਸਾਡਾ ਮਕਸਦ ਇਹੀ ਸੀ ਵੀਡੀਓ ਦਾ ਵੀ ਤੁਹਾਡੇ ਤੋਂ ਦੁਆਵਾਂ ਇਕੱਠੀਆਂ ਕਰਨੀਆਂ ਹੋਰ ਕੋਈ ਮਕਸਦ ਨਹੀਂ ਅਸੀਂ ਚਾਹੁੰਦੇ ਹਾਂ ਵੀ ਤੁਸੀਂ ਭੈਣ ਭਰਾ ਇਸ ਪ੍ਰਦੀਪ ਸਿੰਘ ਨਾਮ ਦੇ ਵੀਰ ਲਈ ਇਸ ਵੀਰ ਦਾ ਨਾਮ ਪ੍ਰਦੀਪ ਸਿੰਘ ਆ ਜੀ ਤੁਸੀਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਇੱਕ ਅਰਦਾਸ ਬੇਨਤੀ ਕਰਿਓ ਇਸ ਵੀਰ ਦੇ ਨਾਮ ਦੀ ਇੱਕ ਦੇਗ ਕਰਵਾ ਦਿਓ ਗੁਰੂ ਘਰ 'ਚ ਅਤੇ ਜੇ ਨਾ ਠੀਕ ਹੋਇਆ ਤਾਂ ਤੁਸੀਂ ਕਹਿ ਦਿਓ ਕਿਉਂਕਿ ਦਵਾਈਆਂ ਚੱਲ ਰਹੀਆਂ ਨੇ ਹੁਣ ਤੁਹਾਡੀਆਂ ਦਵਾਵਾਂ ਦੀ ਲੋੜ ਹੈ ਜੀ ਜੇਕਰ ਬੱਚੇ ਨੂੰ ਠੀਕ ਕਰਨਾ ਕਿਉਂਕਿ ਬੱਚੇ ਦੇ ਉੱਪਰ ਕਈ ਲੱਖ ਰੁਪਇਆ ਲਾਤਾ ਇਹਨਾਂ ਦੇ ਪਿਤਾ ਜੀ ਨੇ ਕਈ ਲੱਖ ਰੁਪਇਆ ਸਾਰਾ ਘਰੇ ਲਾਤਾ ਜੀ ਬੱਚੇ ਉੱਪਰ ਸਾਡੀ ਬੇਨਤੀ ਹੁਣ ਤੁਹਾਡੇ ਅੱਗੇ ਆ ਜਿੱਦਾਂ ਇਹ ਵੀਰ ਠੀਕ ਹੋਏ ਨੇ ਇਹ ਵੀਰ ਠੀਕ ਹੋ ਕੇ ਆਪਣੀ ਜ਼ਿੰਦਗੀ ਦਾ ਜਿਹੜਾ ਆਨੰਦ ਮਾਣੇ ਹਾਲੇ ਤਾਂ ਕੁੱਲ 22 ਸਾਲ ਉਮਰ ਆ ਜੀ ਅੱਗੇ ਸਾਲ ਕਿਤੇ ਵਿੱਚ ਮਹਾਰਾਜ ਠੀਕ ਕਰ ਦੇਣ ਫਿਰ ਅੱਗੇ ਵਿਆਹ ਦਾ ਸਮਾਂ ਆਉਣਾ ਉਹ ਵੀ ਮਹਾਰਾਜ ਮਿਹਰ ਕਰਨ ਤੁਹਾਡੇ 'ਤੇ ਹੀ ਡਿਪੈਂਡ ਕਰਦਾ ਹੁਣ ਤੁਸੀਂ ਕਿੰਨੀਆਂ ਦੁਆਵਾਂ ਕਰਦੇ ਹੋ ਜੀ ਬਹੁਤ ਬਹੁਤ ਧੰਨਵਾਦ ਜੀ ਪਟਿਆਲੇ ਤੋਂ 500 ਰੋਡ ਲਚਕਾਣੀ ਪਿੰਡ ਆਪਣਾ ਫਰਜ਼ ਸੇਵਾ ਸੁਸਾਇਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਹੁਣ ਇਹ ਸਲੋ ਆ ਜੀ ਜਿੱਦਾਂ ਪਹਿਲਾਂ ਸੀ ਉੱਦਾਂ ਹੋ ਗਿਆ ਜੀ ਹੁਣ ਠੀਕ ਆ ਵੀਰੇ ਹੁਣ ਦੱਸ ਠੀਕ ਆ ਚੜ੍ਹਦੀ ਕਲਾ ਕੁਛ ਨਹੀਂ ਹੋਇਆ ਹੈਗਾ ਪਰ ਜੇ ਤੁਸੀਂ ਐ ਕੀਤਾ ਕਦੇ ਜ਼ਿੰਦਗੀ 'ਚ ਫਿਰ ਅਸੀਂ ਗੁੱਸੇ ਹੋ ਗਏ ਬੋਲਣਾ ਨਹੀਂ ਤੁਹਾਨੂੰ ਐ ਕੀਤਾ ਵੀ ਮੈਂ ਮਰਨਾ ਹੀ ਨਹੀਂ ਕਰਨਾ ਕਦੇ ਹੁਣ ਪਤਾ ਨਹੀਂ ਕਰਦਾ ਕਦੇ ਨਹੀਂ ਕਰਨਾ ਠੀਕ ਆ ਜਦੋਂ ਵੀ ਮੈਂ ਤੈਨੂੰ ਦੇਖਦਾ ਤੈਨੂੰ ਚੁੱਪ ਬੈਠਾ ਨਾ ਵਾਹਿਗੁਰੂ ਵਾਹਿਗੁਰੂ ਕਰਦਾ ਹੀ ਰਹਿੰਦਾ ਜਦ ਸਿਮਰਨ ਕਰੇਗਾ ਤਾਂ ਹੀ ਠੀਕ ਆ ਜਿਹਨੂੰ ਸਿਮਰਨ ਕਰਦੇ ਨੇ ਤਾਂ ਠੀਕ ਹੋ ਗਏ ਚਰਨਜੀਤ ਹੋਣੀ ਲਾਡੀ ਹੋਣੀ ਜੇ ਤੂੰ ਸਿਮਰਨ ਨਹੀਂ ਕਰਦਾ ਫਿਰ ਠੀਕ ਨਹੀਂ ਹੁੰਦਾ ਚੰਗਾ ਓਕੇ ਬਲਾ ਸੰਗਤ ਨੂੰ ਫਤਿਹ ਕਰੋ ਕਹਿ ਜੀ ਮੇਰੇ ਲਈ ਦੁਆਵਾਂ ਕਰੋ ਕਹਿ ਸੰਗਤ ਨੂੰ ਨੇੜੇ ਹੋ ਕੇ ਕਹਿ ਚੱਲ ਨੇੜੇ ਕਰੋ ਕਹਿ ਸੰਗਤ ਨੂੰ ਕਹਿ ਜੀ ਮੇਰੇ ਲਈ ਗੁਰੂ ਸਾਹਿਬ ਦੇ ਚਰਨਾਂ 'ਚ ਇੱਕ ਅਰਦਾਸ ਬੇਨਤੀ ਕਰੋ ਮੈਂ ਠੀਕ ਹੋ ਜਾਵਾਂ ਕਿ ਆਪਣੇ ਮਾਂ ਬਾਪਾਂ ਨੂੰ ਖੁਸ਼ ਰੱਖ ਸਕਾਂ ਜੀ ਵੀਰ ਦਾ ਨਾਮ ਪ੍ਰਦੀਪ ਸਿੰਘ ਆ ਜਟਾਣਾ ਪਿੰਡ ਆ ਜੀ ਖੰਨੇ ਦੇ ਕੋਲੇ ਇੱਥੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਪ੍ਰਦੀਪ ਆ ਜਾ ਪੁੱਤ ਉਧਰੇ ਬਹਿ ਜਾ ਮੇਰੇ ਨਾਲ ਆ ਜਾ ਚੱਪਲਾਂ ਪਾ ਲਾ